ਜੀਤ ਕੋਰ ਟੀਵੀ ਦੇਖਣ ਵਾਲੇ ਸਾਰੇ ਵੀਅਰਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਹੋਪ ਕਰਦੀ ਹਾਂ ਅਗੇਨ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡੇ ਸਾਰਿਆਂ ਦੀ ਕਾਮਯਾਬੀ ਦੀ ਤੰਦਰੁਸਤੀ ਦੀ ਮੈਂ ਅਸ਼ਕ ਕਰਦੀ ਹਾਂ ਤਾਂ ਅੱਜ ਚਲੋ ਮੇਰਾ ਮਨ ਕੀਤਾ ਕਿ ਮੈਂ ਉਹ ਟਾਪਿਕ ਤੇ ਵੀਡੀਓ ਬਣਾਵਾਂ ਜਿਨ੍ਹਾਂ ਨੇ ਮੈਨੂੰ ਕਮੈਂਟ ਕੀਤਾ ਐਂਡ ਉਹ ਕਮੈਂਟ ਮੈਨੂੰ ਐਕਚੁਅਲੀ ਇਹਨੇ ਫਨੀ ਲੱਗੇ ਰੀਅਲੀ ਇਟ ਵਾਸ ਫਨੀ ਐਂਡ ਮੈਂ ਕੁਝ ਲੋਕਾਂ ਨੂੰ ਉਹ ਜਵਾਬ ਜ਼ਰੂਰ ਦੇਣਾ ਚਾਹੀਆਂ ਬਾਕੀ ਬਹੁਤ ਸਾਰੇ ਲੋਕਾਂ ਨੂੰ ਆਮ थैंकफुल फॉर द ग्रेट ਡਿਸਕਸ਼ਨ बिकॉज ਵੀ ਆਲ ਆਰ ਡਿਫਰੈਂਟ ਐਂਡ ਵੀ ਹੈਵ ਡਿਫਰੈਂਟ ਆਫ opinions ਐਂਡ thoughts ਵੀ ਕੈਨ ਨਾਟ ਸਟਾਪ ਦਾ ਥਾਟ ਪ੍ਰੋਸੈਸ ਵੀ ਐਂਡ ਆਈ ਵੈਲਕਮ ਦਾ ਡਿਫਰੈਂਸ਼ੀਏਸ਼ਨ ਆਫ ਦਾ ਥਾਟਸ ਐਂਡ ਦਾ ਪ੍ਰੋਸੈਸ बिकॉज ਵੀ ਆਲ ਆਰ ਡਿਫਰੈਂਟ ਵੀ ਆਰ ਫ্রম ਡਿਫਰੈਂਟ ਅਪਬ੍ਰਿੰਗਿੰਗਸ ਐਂਡ ਡਿਫਰੈਂਟ ਪਲੇਸਸ ਸੋ ਇਟਸ ਕਾਮਨ ਐਂਡ ਇਟਸ ਨੈਚਰਲ But here again, um, I would like to say I am not supporting, I'm, and I am not against anybody here. I am just interested to give the replies to the comments, which are really really funny. And one thing, the menu, I don't know ਪਹਿਲੇ ਮੈਂ ਇੱਕ ਵੀਡੀਓ ਬਣਾਈ ਸੀਗੀ ਇਟ ਵਾਸ ਅਰਾਊਂਡ 2017 ਜਦੋਂ ਕੈਨੇਡਾ ਅਮਰੀਕਾ ਐਂਡ ਜਰਮਨੀ ਦੇ ਵਿੱਚ ਗੁਰਦੁਆਰਿਆਂ 'ਚ ਬਹੁਤ ਲੜਾਈਆਂ ਹੁੰਦੀਆਂ ਸੀਗੀਆਂ ਉਸ ਟਾਈਮ ਇਦਾਂ ਦੇ ਮੈਂ ਵੀਡੀਓ ਬਣਾਏ ਸੀਗੇ ਐਂਡ ਚਲੋ ਮੈਂ ਟਾਈਮ ਵੇਸ ਨਹੀਂ ਕਰਨਾ ਚਾਹੁੰਦੀ ਬਿਕੋਜ਼ ਇਟਸ ਪ੍ਰੀਸ਼ੀਅਸ ਆਮ ਥੈਂਕਫੁਲ ਫੋਰ ਯੂ ਆਲ ਹਵੋ ਸੀਨ ਮਾਈ ਵੀਡੀਓ For your precious time, for the precious time to write the comments, and some were very uh, healthy discussions, and I got a lot of lot of lot of information about the religion and about the truth and something and something and extra extra extra. Okay. And second thing is, I will comment on ki ek banda comment da objection ਤਾਂ ਤੁਸੀਂ ਪਹਿਲੇ ਆਪਣੀ ਇਸ ਚੀਜ਼ ਨੂੰ ਵੀ ਨੋਟਿਸ ਕਰ ਲਿਆ ਕਰੋ ਕਿ ਤੁਸੀਂ ਕਿੰਨੀ ਭਦੀ ਸ਼ਤਾ ਸ਼ਦਾਬਲੀ ਹੈ ਨਾ ਬੋਲਦੇ ਹੋ ਲੈਂਗੁਏਜ ਕਿ ਤੁਸੀਂ ਕਿੰਨੀ ਰੂਡ ਲੈਂਗੁਏਜ ਕਿਸੇ ਨੂੰ ਬੋਲਦੇ ਹੋ ਫਿਰ ਕਿਸੇ ਨੇ ਕਿਹਾ ਕਿ ਇਹ ਇੰਨਾ ਹੀ ਵੱਡਾ ਗੁਨਾਹ ਹੈ ਇਟਸ ਅ ਕ੍ਰਾਈਮ ਜੋ ਅਸੀਂ ਵਰਲਡ ਵੀ ਗਲਤ ਬੋਲਦੇ ਹਾਂ ਤਾਂ ਉਹ ਵੀ ਇੱਕ ਕ੍ਰਾਈਮ ਹੋ ਸਕਦਾ ਹੈ ਤਾਂ ਇੱਕ ਇਨਸਾਨ ਨੇ ਮੈਂ ਤਾਂ ਕਿਸੇ ਦੀ ਸਪੋਰਟ ਚ ਵੀਡੀਓ ਨਹੀਂ ਬਣਾਈ ਮੈਂ ਤਾਂ ਵਾਇਲੈਂਸ ਦੇ ਖਿਲਾਫ ਵੀਡੀਓ ਬਣਾਈ ਔਰ ਭਰਾਓ ਜਿਹੜੇ ਲੋਕ ਮੇਰੀ ਵੀਡੀਓ ਚੱਕ ਕੇ ਅਲੱਗ-ਅਲੱਗ ਚੈਨਲਸ 'ਚ ਅਪਲੋਡ ਕਰ ਰਹੇ ਨੇ ਔਰ ਮੇਰੇ ਚੈਨਲ ਤੋਂ ਜ਼ਿਆਦਾ ਦੂਸਰੇ ਚੈਨਲਾਂ 'ਚ ਚੱਲ ਰਹੀ ਹੈ ਵੀਡੀਓ ਮੈਂ ਇੰਨੀ ਜ਼ਿਆਦਾ ਪਪੂਲਰ ਹੋਣਾ ਨਹੀਂ ਚਾਹਦੀ ਮੈਨੂੰ ਇੰਨੀ ਜ਼ਿਆਦਾ ਪਪੂਲੈਰਿਟੀ ਨਹੀਂ ਚਾਹੀਦੀ ਕਿਉਂਕਿ ਉੱਥੇ ਤਾਂ ਪਹਿਲੇ ਹੀ ਬੜਾ ਖਲਾਰਾ ਪਿਆ ਹੋਇਆ ਹੈ ਉੱਥੇ ਤਾਂ ਮੇਰੇ ਨਾਲ ਕਿਸੇ ਦਾ ਥਾਟ ਮਿਲਦੇ ਨਹੀਂ ਹੈ ਐਂਡ ਮੈਨੂੰ ਵੀ ਕੋਈ ਜ਼ਰੂਰਤ ਨਹੀਂ ਹੈ ਤਾਂ ਇੱਕ ਰਿਕੁਐਸਟ ਹੈ ਮੇਰੇ ਕੋਲ ਕਾਪੀਰਾਈਟ ਲਾਇਸ ਕੰਪਲੇਂਟ ਕਰਕੇ ਜਿਹੜਾ ਹੈ ਇਨਫਰਿੰਜਮੈਂਟ ਚ ਉਹ ਪਾਵਾਂਗੀ ਤਾਂ ਤੁਹਾਨੂੰ ਫਲੈਗਿੰਗ ਮਿਲੇਗੀ ਇਸ ਕਰਕੇ ਤੁਸੀਂ ਬੰਦ ਕਰ ਦਿਓ ਮੈਨੂੰ ਫੇਮਸ ਨਹੀਂ ਹੋਣਾ ਪਰਾਵੋ ਆਈ ਡੋਨਟ ਨੀਡ ਐਨੀਥਿੰਗ ਔਰ ਮੇਰੀ ਜੋ ਸੋਚ ਹੈ ਉਹ ਕਿਸੇ ਨਾਲ ਵੈਸੇ ਵੀ ਮੈਚ ਨਹੀਂ ਕਰਨੀ ਤਾਂ ਮੈਨੂੰ 네ਗੈਟਿਵਿਟੀ ਮਿਲੇਗੀ ਐਂਡ ਉਹ ਮੇਰੀ ਬਾਡੀ ਤੇ ਐਂਡ ਮਾਈਂਡ ਤੇ ਸ਼ਾਇਦ ਅਫੈਕਟ ਕਰੇ ਐਂਡ ਮੈਂ ਵੀ ਤੁਹਾਡੇ ਵਰਗੀ ਨਵਰਗੀ ਲੈਂਗੁਏਜ ਬੋਲਣ ਲੱਗ ਜਾ ਤਾਂ ਮੈਨੂੰ ਉਸ ਚੀਜ਼ ਤੋਂ ਤਕਲੀਫ ਹੋਏਗੀ ਸਭ ਤੋਂ ਪਹਿਲੇ ਅਸੀਂ ਕਮੈਂਟ ਲੈਣੇ ਆ ਮਨਪ੍ਰੀਤ ਸਿੰਘ ਨੇ ਬਹੁਤ ਜ਼ਿਆਦਾ ਕਮੈਂਟ ਕੀਤੇ ਐਂਡ ਇਹ ਬੰਦਾ ਕਹਿੰਦਾ ਹੈ ਕਿ ਜੀਤਕੌਰ ਹਿੱਲ ਗਈ ਲੱਗਦਾ ਤੂੰ ਮੂਰਖ ਹੈ ਠੀਕ ਹੈ ਐਂਡ ਉਸ ਤੋਂ ਬਾਅਦ ਇਹਨਾਂ ਦੇ ਹੀ ਅਸੀਂ ਅੱਜ ਕਮੈਂਟ ਲਵਾਂਗੇ ਕਿਉਂਕਿ ਮੈਂ ਤੁਹਾਨੂੰ ਹੁਣ ਭਰਾ ਕਵਾਂ ਪਰਾ ਮੈਂ ਉਹਨਾਂ ਨੂੰ ਕਹਾਂਗੀ ਜੋ ਮੇਰੇ ਨਾਲ ਬਾਇਓਲੋਜੀਕਲ ਮਦਰ ਸ਼ੇਅਰ ਕਰਨਗੇ ਕਰਦੇ ਨੇ ਉਹ ਮੇਰੇ ਪ੍ਰਾਣੇ ਬਾਕੀ ਕੋਈ ਪ੍ਰਾਣੀ ਜੋ ਇੱਜ਼ਤ ਨਾਲ ਭੈਣ ਸਮਝਦੇ ਨੇ ਉਹਨਾਂ ਦੀ ਮੈਂ ਭੈਣ ਜ਼ਰੂਰ ਹੈਗੀ ਆ ਪਰ ਇਦਾਂ ਦੇ ਜਿਹੜੇ ਬੰਦੇ ਐ ਜੋ ਇਨੀ ਅਬਿਊਸਿਵ ਲੈਂਗੁਏਜ ਯੂਜ਼ ਕਰਦੇ ਐ 3rd 4th 5th ਪਰਸਨ ਆਮ ਨੋਬਾਡੀ ਟੂ ਯੂ ਆਮ ਜਸਟ ਐਕਸਪ੍ਰੈਸਿੰਗ ਮਾਈ ਥੌਟਸ ਰਾਈਟ ਉਸ ਥੌਟਸ ਨੂੰ ਵੀ ਤੁਸੀਂ ਐਕਸੈਪਟ ਨਹੀਂ ਕਰ پا ਰਹੇ ਤੁਸੀਂ ਲਲਕਾਰੇ ਮਾਰ ਕੇ ਤੁਸੀਂ ਧਮਕੀਆਂ ਦੇ ਕੇ ਫਲਾਣੀ 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 ਕਰਦੇ ਹੋ ਤਾਂ ਮੈਂ ਇੱਕ ਹੋਰ ਮਨਪ੍ਰੀਤ ਤੁਹਾਡਾ ਮਨਪ੍ਰੀਤ ਸਿੰਘ ਜੀ ਤੁਹਾਡਾ ਇੱਕ ਹੋਰ ਕਮਾਂਡਰ ਜੀਤਕੌਰ ਟੀਵੀ ਕਿੰਨੇ ਪੈਸੇ ਮਿਲਦੇ ਤੈਨੂੰ ਆਰਐਸਐਸ ਤੋਂ ਅ ਸਿੱਖਾਂ ਖਿਲਾਫ ਬੋਲਣ ਦੇ ਇੱਕ ਸਿੱਖ ਦੇ ਘਰ ਜਨਮ ਲਿਆ ਏ ਤੇ ਇੱਕ ਸਿੰਘਣੀ ਆ ਮੈਂ ਮੇਰੇ ਪਾਸਪੋਰਟ ਤੇ ਔਰ ਮੇਰੇ ਡਾਕੂਮੈਂਟਸ ਤੇ ਕੌਰ ਲਿਖਿਆ ਪਿੱਛੇ ਤਾਂ ਹੀ ਮੈਂ ਇਹ ਵੀਡੀਓ ਬਣਾ ਰਹੀ ਆ ਔਰ ਤੁਸੀਂ ਇਹ ਚੀਜ਼ ਨੂੰ ਨਾ ਆਪਣੇ ਤੇ ਲਾਗੂ ਰੱਖਿਆ ਕਰੋ ਕਿ ਜਿੱਦਾਂ ਤੁਸੀਂ ਹਰ ਚੀਜ਼ ਲਈ ਪੈਸੇ ਦਾ ਪ੍ਰੋਸੈਸ ਕਰਦੇ ਹੋ ਨਾ ਕਈ ਲੋਗ ਵਕਾਉ ਨਹੀਂ ਹੁੰਦੇ ਉਹਨਾਂ ਦਾ ਕੋਈ ਪ੍ਰਾਈਸ ਟੈਗ ਨਹੀਂ ਹੁੰਦਾ ਠੀਕ ਹੈ ਉਹਨਾਂ ਨੂੰ ਆਪਣੀ ਜਜ਼ਬਾਤ ਰੱਖਣ ਲਈ ਜਿਦੋਂ ਤੁਸੀਂ ਰੱਖੇ ਹੈ ਨਾ ਤੁਸੀਂ ਲੱਖਾਂ ਲੋਕਾਂ ਨੇ ਰੱਖਿਆ ਹੈ ਜਜ਼ਬਾਤ ਤਾਂ ਮੈਨੂੰ ਵੀ ਆਪਣੇ ਜਜ਼ਬਾਤ ਰੱਖਣ ਦਾ ਸੀਗਾ ਕਿ ਇੱਕ ਨਿਹੱਥੇ ਬੰਦੇ ਤੇ ਵਾਰ ਕਰਨਾ ਅਸੀਂ ਨਹੀਂ ਸਿੱਖਿਆ ਸਾਨੂੰ ਨੇ ਸਿਖਾਇਆ ਅਸੀਂ ਵੀ ਸਿੱਖ ਪੰਥ ਚ ਪੈਦਾ ਹੋ ਉਹ ਕਿੰਨੇ ਵੱਡੇ ਹੋਏ ਆ ਤਾਂ ਸਾਨੂੰ ਨਹੀਂ ਸਿਖਾਇਆ ਨਹੀਂ ਹੱਥੇ ਤੇ ਵਾਰ ਕਰਨਾ ਔਰਤ ਤੇ ਵਾਰ ਕਰਨਾ ਧਰਮ ਦੇ ਖਿਲਾਫ ਹੈ ਇੱਕ ਨੇ ਹੱਥੇ ਬੰਦੇ ਤੁਸੀਂ ਵਾਰ ਕੀਤਾ ਬਾਕੀ ਜੋ ਉਹਦੀਆਂ ਗਲਤੀਆਂ ਨੇ ਤੁਸੀਂ ਮੈਂ ਦੇਖਿਆ ਕੱਲ 3 ਵਜੇ ਤੱਕ ਉਹਦੇ ਉਹ ਵੀਡੀਓਜ਼ ਦੇਖਿਆ ਜਿਦੇ ਚ ਤੁਸੀਂ ਉਹਨੂੰ ਅਟੈਕ ਕਰ ਰਹੇ ਹੋ ਤੁਹਾਡੇ ਤੇ ਸਿਰਫ ਲੈਂਗੁਏਜ ਦਾ ਅਟੈਕ ਕਰ ਰਹੇ ਹੋ ਤੁਸੀਂ ਵਰਬਲੀ ਅਟੈਕ ਕਰ ਰਹੇ ਹੋ ਤੁਸੀਂ ਫਿਜ਼ੀਕਲ ਅਟੈਕ ਕਰ ਰਹੇ ਹੋ ਤੁਸੀਂ ਸਾਰੇ ਅਟੈਕ ਕਰ ਰਹੇ ਹੋ ਤੁਹਾਡੀ ਔਰ ਹਰਨੇਕ ਸਿੰਘ ਦੇ ਵਿੱਚ ਦੀ ਗੱਲ ਹੈ ਐਂਡ ਕੱਲ ਮੈਂ ਹੋਰ ਇੱਕ ਵੀਡੀਓ ਦੇਖੀ ਇੱਕ ਭਾਈ ਸਾਹਿਬ ਦੀ ਜਿਨ੍ਹਾਂ ਨੇ ਕਿਹਾ ਕਿ ਇਹ ਨਿਸ਼ਚਿਤ ਹੀ ਸੀਗਾ ਕਿ ਤੁਸੀਂ ਉਹਨਾਂ ਤੇ ਅਟੈਕ ਕਰਨਾ ਹੀ ਹੈ ਔਰ ਅਗਰ ਉਹ ਠੀਕ ਵੀ ਹੋ ਜਾਂਦੇ ਨੇ ਇਹ ਬਹੁਤ ਹੀ ਸੰਭ 可能 ਹੈ ਕਿ ਤੁਸੀਂ ਦੁਬਾਰਾ ਉਹਨਾਂ ਤੇ ਅਟੈਕ ਕਰਨਾ ਹੈ ਐਂਡ ਜਦੋਂ ਤੁਸੀਂ ਧਮਕੀਆਂ ਉਹਨਾਂ ਦੇ ਦੂਸਰੇ ਲੋਕਾਂ ਨੂੰ ਵੀ ਦੇ ਰਹੇ ਹੋ ਔਰ ਉਹ ਉਹ ਮੁਮਕਿਨ ਹੈ ਉਹ ਤੁਹਾਡੇ ਔਰ ਉਹਨਾਂ ਦੇ ਵਿੱਚ ਦੀ ਗੱਲ ਹੈ ਉਹ ਮੇਰੀ ਗੱਲ ਨਹੀਂ ਹੈ ਪਹਿਲੀ ਗੱਲ ਔਰ ਦੂਸਰੀ ਹਰ ਬੰਦਾ ਵਕਾਉ ਨਹੀਂ ਹੁੰਦਾ ਠੀਕ ਹੈ ਪੈਸੇ ਲੈ ਕੇ ਕੋਈ ਕੁਝ ਵੀ ਬੋਲ ਦੇ ਉਹ ਚੀਜ਼ ਨਹੀਂ ਦਿਲੋਂ ਨਿਕਲ ਰਹੇ ਨੇ ਕੋਈ ਸਕ੍ਰਿਪਟ ਲਿਖ ਕੇ ਨਹੀਂ ਰੱਖੀ ਹੋਈ ਮੈਂ ਤਾਂ ਦੂਸਰੀ ਮਨਪ੍ਰੀਤ ਸਿੰਘ ਜੀ ਗੁਰੂ ਕੀ ਨਿੰਦਾ ਸੁਨੇ ਨਾ ਕਾਨ ਸੀਸ ਭੇਟ ਕਰ ਕਿਰਪਾਨ ਓਕੇ ਮੈਂ ਤਾਂ ਨਾ ਗੁਰੂ ਦੀ ਨਿੰਦਾ ਕੀਤੀ ਹੈ ਨਾ ਮੈਂ ਤੁਹਾਡੀ ਨਿੰਦਾ ਕੀਤੀ ਹੈ ਨਾ ਮੈਂ ਉਹਦੀ ਨਿੰਦਾ ਕੀਤੀ ਹੈ ਮੈਂ ਉਸ ਐਕਸ਼ਨ ਦੀ ਨਿੰਦਾ ਕੀਤੀ ਹੈ ਜਿਹਦੇ ਚ ਵਾਇਲੈਂਸ ਇਨਵੋਲਵ ਹੈ ਔਰ ਤੁਸੀਂ ਇੱਕ ਚੀਜ਼ ਨਹੀਂ ਸਮਝ پا ਰਹੇ ਕਿ ਮੈਨੂੰ ਉਹ ਜੇ ਸਮਝ ਆ ਰਹੀ ਹੈ ਮੈਂ ਇੱਕ ਆਰਮੀ ਅਫਸਰ ਦੀ ਬੇਟੀ ਹਾਂ ਹਿਊਮਨ ਰਾਈਟਸ ਦੇ ਮੈਂ ਕੰਮ ਕਰਦੀ ਹਾਂ ਕੀ ਜੋ ਬੰਦਿਆਂ ਨੂੰ ਤੁਸੀਂ ਪ੍ਰੋਵੋਕ ਕੀਤਾ ਚਲੋ ਚਾਹੇ ਉਹਨੇ ਕੀਤਾ ਉਹਨੇ ਪ੍ਰੋਵੋਕ ਕੀਤਾ ਅਗਰ ਆਪਣੇ ਵਰਬਲ ਪਾਵਰ ਨਾਲ ਐਂਡ ਤੁਸੀਂ ਪ੍ਰਮੋਟ ਕੀਤਾ ਉਹਨੂੰ ਗੁਰੂ ਦੇ ਨਾਂ ਤੇ ਬਟ ਇਟਸ ਵਾਇਲੈਂਸ ਐਂਡ ਵਾਇਲੈਂਸ ਐਂਡ ਵਾਇਲੈਂਸ ਅਗੇਨ ਇਟਸ ਵਾਇਲੈਂਸ ਤੁਸੀਂ ਵਾਇਲੈਂਸ ਨੂੰ ਪ੍ਰਮੋਟ ਕਰ ਰਹੇ ਹੋ ਤਾਂ ਮੈਂ ਉਸ ਖਿਲਾਫ ਬੋਲਿਆ ਕਿ ਬਲਮਾਨਸੀ ਉਹਦੇ ਚ ਹੁੰਦੀ ਹੈ ਗੱਲਾਂ ਨਾਲ ਤੁਸੀਂ ਸਾਰੇ ਬੋਲ ਰਹੇ ਹੋ ਆਪਸ ਵਿੱਚ ਕਿਉਂਕਿ ਅਗਰ ਤੁਸੀਂ ਕੋਈ ਸਹਿਮਤੀ ਕਰਨੀ ਹੈ ਤਾਂ ਉਹ ਗੱਲਾਂ ਨਾਲ ਹੀ ਹੋ ਸਕਦੀ ਹੈ ਡੰਡੇ ਨਾਲ ਤਾਂ ਮੌਤ ਹੀ ਹੋ ਸਕਦੀ ਹੈ ਤੁਸੀਂ ਮਾਰਨਾ ਹੀ ਇਹ ਬੰਦੇ ਨੂੰ ਮਕਾਣਾ ਹੀ ਹੈ ਤਾਂ ਫਿਰ ਉਹਦੇ 'ਚ ਕੋਈ ਸਵਾਲ ਹੀ ਨਹੀਂ ਉਹਦੇ 'ਚ ਫਿਰ ਗੁਰੂ ਦਾ ਨਾਮ ਆ ਨਾ ਤੁਸੀਂ ਲੈ ਕੇ ਆਇਆ ਕਰੋ ਕਿਉਂਕਿ ਗੁਰੂ ਦੀ ਨਿੰਦਾ ਹੀ ਹੈ ਨਾ ਤੇ ਅਗਰ ਇੱਕ ਸਿੱਖ ਦੂਜੇ ਸਿੱਖ ਨੂੰ ਮਾਰ ਦੋ ਵੀ ਤਾਂ ਗੁਰੂ ਦੀ ਨਿੰਦਾ ਹੈ ਹੁਣ ਤਾਂ ਇਹ ਚੀਜ਼ ਬਿਲਕੁਲ ਹੀ ਕਨਫਿਊਜ਼ਨ ਹੈ ਕਿ ਗੁਰੂ ਨੇ ਐਕਚੁਅਲੀ ਕਿਆ ਕੀ ਸੀ ਔਰ ਬਾਕੀ ਲੋਕ ਕੀ ਕਹਿ ਰਹੇ ਨੇ ਦੂਸਰਾ ਮਨਪ੍ਰੀਤ ਜੀ ਤੁਹਾਨੂੰ ਸ਼ਾਇਦ ਮੇਰੀ ਵੀਡੀਓ ਬਹੁਤ ਵਧੀਆ ਲੱਗੀ ਹੈ ਐਨੇ ਕਮੈਂਟ ਤੁਸੀਂ ਜੀਤ ਕੋਰ ਟੀਵੀ ਕਿੰਨੀਆਂ ਗੰਦੀਆਂ ਗੱਲਾਂ ਤੂੰ ਕੀਤੀਆਂ ਨੇ ਗੁਰਦੁਆਰੇ ਵਿੱਚ ਅੰਡਰ ਗਾਰਮੈਂਟਸ ਵਖਾੰਦੇ ਇਦਾਂ ਤੇਰੇ ਗੰਦੀ ਸੋਚ ਦਾ ਪਤਾ ਲੱਗਦਾ ਹੈ ਮਤਲਬ ਤੂੰ ਇਹੋ ਜਿਹੇ ਕੱਪੜੇ ਪਾਉਂਦੀ ਏ ਜਿਹੜੇ ਵਿੱਚ ਅੰਡਰ ਗਾਰਮੈਂਟਸ ਨਜ਼ਰ ਆਉਂਦੇ ਸ਼ੇਮ ਔਨ ਯੂ ਐਂਡ ਆਮ ਸ਼ੇਮ ਔਨ ਯੂ ਇਫ ਯੂ हैव नोटिस्ड दैट ਪੁਆਇੰਟ ਇਟ ਵਾਸ ਨਾਟ ਫॉर ਮੀ ਰਾਈਟ ਯੂ ਹੈਵ ギਵਨ ਦ ਰਿਪਲਾਈ ਇਨ ਦ ਇੰਗਲਿਸ਼ ਐਂਡ ਇਟ ਵਾਸ ਨਾਟ ਫॉर ਮੀ ਇਟ ਵਾਸ ਫॉर ਦ ਅਦਰ ਊਮਨ ਐਂਡ ਯੂ ਨੋ ਆਈ ਹਰਡ ਦਟ ਵਰਡਸ men they were discussing about the stupid thing it only reflect the stupidity of a man not a woman right if somebody is wearing if actually they should not wear and go that we are men are actually but aadmi gurudware ki notice karan jande ne tusi prove karta tusi ehi kuch karan jande ho theek hai ek 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 aurat ek natural process hai ode kapde ek natural process hai body ek natural process hai aur sare nu pata hai ki bodies da ki difference hai ਮਨਨੋਂ ਮੰਨਦਾ ਤਾਂ ਉਹਦੇ ਚ ਵੀ ਅਗਰ ਤੁਸੀਂ ਇਹਦੇ ਚ ਉਂਗਲੀ ਫਸਾ ਰਹੇ ਹੋ ਨਾ ਤਾਂ ਤੁਸੀਂ ਫਸਾਈ ਜਾਓ ਤਾਂ ਇਹਦੇ ਚ ਮੇਰੀ ਮਾਨਸਿਕਤਾ ਨਜ਼ਰ ਨਹੀਂ ਆਂਦੀ ਤੁਹਾਡੀ ਮਾਨਸਿਕਤਾ ਹੈ ਤੁਸੀਂ ਪ੍ਰਮੋਟ ਇੱਥੇ ਫੇਰ ਕੀਤਾ ਆਦਮੀਆਂ ਨੂੰ ਕਿ ਔਰਤਾ ਉਹਦਾਂ ਦੇ ਕੱਪੜੇ ਪਾ ਗਏ ਤੁਸੀਂ ਅੰਨੇ ਹੋ ਤੁਸੀਂ ਗੁੰਗੇ ਹੋ ਤੁਸੀਂ ਬਹਿਰੇ ਹੋ ਠੀਕ ਹੈ ਤੁਹਾਨੂੰ ਨਾ ਕੁਝ ਦਿਖਾਈ ਦਿੰਦਾ ਨਾ ਸੁਣਾਈ ਦਿੰਦਾ ਨਾ ਸਮਝ ਆਉਂਦਾ ਤੁਸੀਂ ਇਲਜ਼ਾਮ ਲਗਾਣਾ ਔਰਤ ਨੂੰ ਲਗਾਈ ਜਾਓ ਪਰ ਤੁਹਾਡੀ ਔਕਾਤ ਸਮਝ ਆ ਗਈ ਹੈ ਕਿ ਤੁਸੀਂ ਗੁਰਦੁਆਰੇ 'ਚ ਇਹੀ ਕਰਨ ਜਾਂਦੇ ਹੋ ਠੀਕ ਹੈ ਅਗਰ ਔਰਤਾ ਪਾ ਕੇ ਜਾ ਰਹੀਆਂ ਤਾਂ ਤੁਸੀਂ ਦੇਖਿਆ ਵੀ ਹੈ ਤਾਂ ਤੁਸੀਂ ਜ਼ਰੂਰੀ ਉਹ ਡਿਸਕਸ਼ਨ ਕਰਨੀ ਹੈ ਥੋੜੀ ਤਾਂ ਸ਼ਰਮ ਕਰੋ ਆ ਐਂਡ ਅਗੇਨ ਮਨਪ੍ਰੀਤ ਸਿੰਘ ਜੀ ਜੀਤ ਕੋ ਟੀਵੀ ਲੱਖ ਲਾਣ ਤਾ ਤੇਰੀ ਜ਼ਿੰਦਗੀ ਤੇ ਗੁਰੂ ਦੀ ਨਿੰਦਿਆ ਸੁਣ ਕੇ ਤੂੰ ਇੱਕ ਕੁੱਤੇ ਨਿੰਦਕ ਨੇਕੀ ਨੂੰ ਡਿਫੈਂਡ ਕਰਦੀ ਪਈ ਹੈ ਸ਼ੇਮ ਔਨ ਯੂ ਆਮ ਨਾਟ ਡਿਫੈਂਡਿੰਗ ਐਨੀਬਾਡੀ ਆਮ ਡਿਫੈਂਡਿੰਗ ਦਾ ਐਕਸ਼ਨ ਵਿਚ ਇਨਕਲੂਡਸ ਦਾ ਵਾਇਲੈਂਸ ਰਾਈਟ ਯੂ ਸ਼ੁੱਡ ਥਿੰਕ ਹੇਅਰ ਦਸ ਵਾਰ ਵੀਡੀਓ ਦੇਖਿਓ ਦੁਬਾਰਾ ਪਤਾ ਚੱਲੇਗਾ ਕਿ ਮੈਂ ਕੀ ਕਰ ਰਹੀ ਆ ਠੀਕ ਹੈ ਐਂਡ ਮਨਪ੍ਰੀਤ ਸਿੰਘ ਅਗੇਨ ਜਿੱਦ ਕੋ ਤੇ ਵੀ ਕੁੱਤੇ ਚੋਰ ਦੇ ਹਮੇਸ਼ਾ ਕੁੱਤੇ ਚੋਰ ਦੇ ਹਾਮੀ ਭਰਨ ਵਾਲੇ ਵੀ ਚੋਰ ਹੁੰਦੇ ਨੇ ਕਿਦੇ ਪਿਓ ਦੀ ਚੋਰੀ ਕੀਤੀ ਐ ਮੈਂ ਤੁਹਾਡੇ ਘਰ ਆ ਕੇ ਮੈਂ ਚੋਰੀ ਕੀਤੀ ਐ ਕੀ ਕੀਤਾ ਮੈਂ ਉਹ ਚੋਰ ਹੋਏਗਾ ਤੁਸੀਂ ਉਹਨੂੰ ਜੋ ਬੋਲਣਾ ਤੁਹਾਡਾ ਆਪਸ ਦਾ ਮਾਮਲਾ ਹੈ ਇਹਦੇ ਚ ਮੇਰਾ ਨਾਮ ਮੇਰੇ ਲਈ ਤੁਸੀਂ ਸ਼ਬਦ ਸ਼ਬਦ ਯੂਜ਼ ਕਰ ਰਹੇ ਹੋ ਵਰਡ ਯੂਜ਼ ਕਰ ਰਹੇ ਹੋ ਤਾਂ ਤੁਸੀਂ ਕੁਝ ਵੀ ਬੋਲ ਸਕਦੇ ਹੋ ਹਾਂ ਆ ਮੈਂ ਓਮਨ ਰਾਈਟ ਯੂ ਆਰ ਨੋਟ ਅੰਡਰਸਟੈਂਡਿੰਗ ਦੈਟ ਆਰ ਯੂ ਜੋਕਿੰਗ ਓਕੇ ਰਾਈਟ ਸੋ ਆ ਡੋਨਟ ਕੇਅਰ ਓਕੇ ਮੈਨੂੰ ਬਿਲਕੁਲ ਮੈਂ ਹੱਸਣਾ ਨਹੀਂ ਜਾਂਦੀ ਤੁਹਾਡੀਆਂ ਇਹ ਗੱਲਾਂ ਤੇ ਪਰ ਇੱਕ ਚੀਜ਼ ਹੈ ਮੈਂ ਇੱਥੇ ਕਮੈਂਟ ਡਿਸੇਬਲ ਕਰ ਸਕਦੀ ਸੀਗੀ ਮੈਂ ਕਮੈਂਟ ਡਿਸੇਬਲ ਇਸ ਕਰਕੇ ਨਹੀਂ ਕੀਤੇ ਕਿਉਂਕਿ 2-3 ਸਾਲਾਂ ਦੇ ਬਾਅਦ ਮੈਂ ਇਦਾਂ ਦੀ ਵੀਡੀਓ ਬਣਾਈ ਮੈਂ ਦੇਖਣਾ ਚਾਹੁੰਦੀ ਸੀਗੀ ਕਿੱਦਾਂ ਦੀ ਆਡੀਅנס ਆਂਦੀ ਹੈ ਇਸ ਨਾਮ ਤੇ ਐਂਡ ਮੈਂ ਖੁਸ਼ ਹਾਂ ਕਿ ਮੋਰ ਦੈਨ 80% ਲੋਗ ਡੀਸੈਂਟ ਐਜੂਕੇਟਿਡ ਲੋਕ ਆਏ ਉਹਨਾਂ ਨੇ ਡਿਸਕਸ਼ਨ ਵੀ ਕੀਤਾ ਉਹਨਾਂ ਨੇ ਮੈਨੂੰ ਕਨਵਿੰਸ ਵੀ ਕਰਨ ਦੀ ਕੋਸ਼ਿਸ਼ ਕੀਤੀ ਐਂਡ ਆਮ ਹੈਪੀ ਕਿਉਂਕਿ ਆਲਵੇਸ ਡਿਸਕਸ਼ਨਸ ਆਰ ਵੈਲਕਮ ਇਟ ਵਿਲ ਇੰਪਰੂਵ ਯੋਰ ਨੋਲੇਜ ਰਾਈਟ ਐਜ ਜੋ ਸਟੂਪਿਡ ਵਾਲੀਆਂ ਗੱਲਾਂ ਤੁਸੀਂ ਕੀਤੀਆਂ ਨੇ ਨਾ ਹੁਣ ਤੁਸੀਂ ਮੇਰੇ ਮੂੰਹ ਚ ਕੀ ਐਕਸਪੈਕਟ ਕਰਨਾ ਚਾਹੁੰਦੇ ਹੋ ਕਿ ਤੁਸੀਂ ਗਾਲਾਂ ਕੱਢੋਗੇ ਇਹਦੇ ਚ ਤੁਸੀਂ ਇੱਕ ਹੋਰ ਜਗ੍ਹਾ ਤੇ ਲਿਖਿਆ ਕਿ ਲਾਣ ਲੱਖ ਲਾਣਾ ਤਾਂ ਤੇਰੀ ਮਾਂ ਤੇ ਜਿਹਨੇ ਤੈਨੂੰ ਜਨਮ ਦਿੱਤਾ ਠੀਕ ਮੇਰੀ ਮਾਂ ਦੀ ਕੀ ਗਲਤੀ ਹੈ ਇਹਦੇ ਚ ਵੀਡੀਓ ਮੈਂ ਬਣਾ ਰਹੀ ਹਾਂ ਤੁਸੀਂ ਮੈਨੂੰ ਗਾਲਾਂ ਕੱਢੋ ਤੁਹਾਡੀ ਔਕਾਤ ਹੀ ਉੰਨੀ ਹੈ ਉਸ ਤੋਂ ਜ਼ਿਆਦਾ ਹੈ ਹੀ ਨਹੀਂ ਹੈ ਤੁਹਾਡੀ ਔਕਾਤ ਕਸੂ ਅੱਗੇ ਤਾਂ ਤੁਸੀਂ ਵੱਧ ਨਹੀਂ ਸਕਦੇ ਇੰਨੀ ਕੀ ਔਕਾਤ ਹੈ ਤੁਹਾਡੀ ਐਂਡ ਦੂਸਰੀ ਚੀਜ਼ ਨੇਕੀ ਤੁਸੀਂ ਮੈਨੂੰ ਕਹਿ ਰਹੇ ਹੋ ਨੇਕੀ ਕੁੱਤੇ ਦੀ ਜੀਭ ਵੱਡ ਦੇਣੀ ਚਾਹੀਦੀ ਸੀ ਵੱਡ ਦੋ ਇੱਕ ਚੀਜ਼ ਤਾਂ ਕਨਫਰਮ ਹੋ ਹੀ ਗਈ ਹੈ ਤੁਸੀਂ ਜੋ ਕਰਨਾ ਉਹਦਾ ਕਰੋ ਉਹ ਤੁਹਾਡੀ ਮਰਜ਼ੀ ਹੈ ਮੈਂ ਤਾਂ ਹਮੇਸ਼ਾ ਜਦੋਂ ਜਦੋਂ ਵੀ ਗੁਰਦੁਆਰਿਆਂ 'ਚ ਪੱਗਾਂ ਲੱਥਣਗੀਆਂ ਤੁਸੀਂ ਮਾਂ ਪੈਣ ਦੀਆਂ ਗਾਲਾਂ ਕੱਢੋਗੇ ਮੈਂ ਵੀਡੀਓ ਬਣਾਵਾਂਗੀ ਜਦੋਂ ਵੀ ਤੁਸੀਂ ਗੰਦ ਪਾਉਗੇ ਕਿਤੇ ਵੀ ਮੈਂ ਵੀਡੀਓ ਬਣਾਵਾਂਗੀ ਐਦਾਂ ਦੀ ਤੁਸੀਂ ਨਾ ਦੇਖਿਓ ਅਨਦਰ ਥਿੰਗ ਇੱਕ ਬੰਦੇ ਨੇ ਕਿਹਾ ਕਿ ਮੈਂ ਅੱਗੇ ਤੋਂ ਤੁਹਾਡੇ ਨਾਲ ਵੀਡੀਓ ਦੇਖਾਂਗਾ ਤੇ ਮੈਂ ਆਪਣੇ ਦੋਸਤਾਂ ਨੂੰ ਵੀ ਕਹਾਂਗਾ ਕਿ ਤੁਸੀਂ ਸਬਸਕ੍ਰਾਈਬ ਕਰੋ ਮੈਂ ਤਾਂ ਆਪਣੇ ਕਿਸੇ ਵੀਡੀਓ 'ਚ ਕਿਹਾ ਨਹੀਂ ਕਿ ਮੈਨੂੰ ਸਬਸਕ੍ਰਾਈਬ ਕਰੋ ਨੈਵਰ ਨੋ 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 ਡੋਨਟ ਈਵਨ ਵਾਚ ਐਂਡ ਡੋਨਟ ਈਵਨ ਸਬਸਕ੍ਰਾਈਬ ਮਾਈ ਵੀਡੀਓਜ਼ ਬਿਕੋਜ਼ ਇਟਸ ਓਨਲੀ ਫੋਰ ਲਾਈਕ ਮਾਈਂਡਡ ਪੀਪਲ ਜੋ ਸੁਣਨਾ ਚਾਹੁੰਦੇ ਨੇ ਉਹ ਸੁਣਦੇ ਨੇ ਜਿਨ੍ਹਾਂ ਨੇ ਨਹੀਂ ਸੁਣਨਾ ਨਾ ਸਹੀ ਮੈਨੂੰ ਕੀ ਫਰਕ ਪੈਂਦਾ ਐ ਐਂਡ ਉਹਦੇ ਬਾਅਦ 'ਚ ਦੂਸਰੇ ਮਹਾਨ ਹਸਤੀ ਜਿਹੜੀ ਹੈਗੀ ਹੈ ਉਹਨਾਂ ਦਾ ਵੀ ਅਸੀਂ ਜ਼ਿਕਰ ਕਰਦੇ ਹਾਂ ਹੁਣੇ ਐਂਡ ਜਿਨ੍ਹਾਂ ਨੇ ਮੈਨੂੰ ਇਹ ਗੱਲ ਕਿਹਾ ਹੈ ਕਿ ਮੈਂ ਨੇਕੀ ਵਰਗੀ ਹਾਂ ਔਰ ਗੰਦੀ ਨਾਲੀ ਦਾ ਕੀੜਾ ਹਾਂ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਆਈ ਆਮ ਵੈਰੀ ਹੈਪੀ ਕਿ ਮੈਂ ਪੰਜਾਬੀ ਲੈਂਗੁਏਜ ਨਹੀਂ ਸਿੱਖੀ ਐਂਡ ਪੰਜਾਬ ਵਿੱਚ ਨਹੀਂ ਸੀਗੀ ਤਾਂ ਮੈਨੂੰ ਇਹ ਸਾਰੀ ਲੈਂਗੁਏਜ ਬੋਲਣੀ ਨਹੀਂ ਆਈ ਜਿਹੜੀ ਤੁਸੀਂ ਆਪਸ ਵਿੱਚ ਬੋਲਦੇ ਹੋ ਨਾ ਲਾਣਤਾ ਦੋ ਇੱਕ ਬੰਦਾ ਕਹਿੰਦਾ ਤੈਨੂੰ ਲਾਣਤਾਂ ਦਾ ਟੋਕਰਾ ਭਰ ਕੇ ਗਿਫਟ ਕੀਤਾ ਮੈਂ ਕਿਹਾ ਲਓ ਮੈਂ ਵਾਪਸ ਕਰਦਾ ਤੁਹਾਨੂੰ ਮੈਂ ਲਿਆ ਹੀ ਨਹੀਂ ਓਕੇ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਜੀ ਤੁਸੀਂ ਕਹਿੰਦੇ ਹੋ ਕਿ ਜਿਤਕੋਰ ਟੀਵੀ ਸੀ ਯੂ ਕਾਲ ਮੀ ਨੇਮਸ ਲੱਖ ਦੀ ਲਾਣਤ ਤੇਰੇ ਜਨਮ ਵਾਲਿਆਂ ਦੇ ਯੂ ਆਰ ਨਾਟ ਓਨੈਸਟ ਲੇਡੀ ਓਕੇ ਯੂ ਟੈਲ ਮੀ ਗੁਰਜੀਤ ਸਿੰਘ ਹਾਊ ਟੂ ਪ੍ਰੂਵ ਦੈਟ ਆਮ ਏ ਓਨੈਸਟ ਲੇਡੀ ਇਜ਼ ਦੈਟ ਇਜ਼ ਨੈਸੈਸਰੀ ਟੂ prove you that i am honest yes i am honest that's why i am making a video against them who have attacked jinna ne attack kita hai provoke hon de baad ch and halla shehri de baad ch unna di life hon ki hai pata gaye unna di life hai ki inne paise leke annu marta te inne paise leke annu mar de te inne paise leke annu mar de ik bande ne thalle menu likhya hai ki neki kutta ta mar gaya ode baad ch jeet uh, ki kende ne oda ਇਨਸਾਨ ਜੀਤ ਇਨਸਾਨ ਉਹਦੇ ਥਾਂ ਲੈਣ ਵਾਲੀ ਐ ਤਾਂ ਤੁਹਾਨੂੰ ਤਾਂ ਵਧੀਆ ਹੀ ਐ ਨਾ ਅਗਰ ਮੈਂ ਥਾਂ ਲੈਣ ਵਾਲੀ ਐ ਤਾਂ ਤੁਹਾਨੂੰ ਅਗਲਾ ਬੰਦਾ ਵੱਡਣ ਨੂੰ ਟੁੱਕਣ ਨੂੰ ਮਿਲ ਰਿਹਾ ਤਾਂ ਮੈਨੂੰ ਵੀ ਮਾਰਿਓ ਟੁੱਕਿਓ ਵੱਢਿਓ ਠੀਕ ਐ ਨਾ ਤੁਸੀਂ ਜਾਂ ਨਿਊਜ਼ੀਲੈਂਡ ਚ ਕਰ ਸਕਦੇ ਹੋ ਤੁਸੀਂ ਕਿਸੇ ਵੀ ਕੰਟਰੀ ਚ ਕਰ ਸਕਦੇ ਹੋ ਤਾਂ ਤੁਸੀਂ ਫਿਰ ਖੁਸ਼ ਹੋਵੋ ਤੁਸੀਂ ਪ੍ਰਿਪੇਅਰ ਪ੍ਰਿਪੇਅਰ ਕਰੋ ਆਪਣੇ ਆਪ ਨੂੰ ਮੈਂਟਲੀ ਐਂਡ ਫਿਜ਼ੀਕਲੀ ਕਿ ਕਿੰਨੇ ਪੈਸੇ ਦੇ ਕੇ ਮੈਨੂੰ ਮਰਵਾਣਾ ਐ ਕਿੰਨੇ ਪੈਸੇ ਉਹਨਾਂ ਨੂੰ ਮਿਲਣਗੇ ਕਿਉਂਕਿ ਤੁਸੀਂ ਤਾਂ ਅੱਜਕੱਲ ਤਾਂ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਜਿਹੜੇ ਬੰਦੇ ਬਾਹਰ ਵੀ ਚਲੇ ਗਏ ਨੇ ਜਿਹੜੇ ਨਿਊਜ਼ੀਲੈਂਡ ਚ ਇਦਾਂ ਦਾ ਹਰਕਤ ਕਰ ਸਕਦੇ ਹੋ ਕਿਤੇ ਵੀ ਕਰ ਸਕਦੇ ਆ ਪੈਸੇ ਤਿਆਰ ਰੱਖਿਓ ਪੈਸੇ ਤੁਹਾਡੇ ਕੋਲ ਵਾਧੂ ਹੈ ਠੀਕ ਹੈ ਤਾਂ ਤੁਸੀਂ ਹੋਰ ਥੋੜਾ ਜਿਹਾ ਜਮਾ ਕਰ ਲਓ ਕਿ ਹੋ ਸਕਦਾ ਕਿ ਮੇਰੇ ਵੱਸੇ ਜ਼ਿਆਦਾ ਪੈਸੇ ਲੱਗਣ ਠੀਕ ਹੈ ਓਕੇ ਤਾਂ ਇੱਕ ਚੀਜ਼ ਹੋਰ ਗੁਰਜੀਤ ਸਿੰਘ ਅ ਗੁਰਜੀਤ ਸਿੰਘ ਤੁਸੀਂ ਵੈਸੇ ਬੜੇ ਫਨੀ ਬੰਦੇ ਹੋ ਠੀਕ ਹੈ ਤੁਸੀਂ ਕੀ ਪਤਾ ਕੀ ਲਿਖਿਆ ਇੱਥੇ ਟੰਡਰੀ ਦੀ ਚੇਲੀ ਆ ਆਈ ਥਿੰਕ ਤੁਸੀਂ ਇੱਥੇ ਆ ਵਾਲੇ ਬਾਬਾ ਸੋਰੀ ਪਾਈ ਰঞ্জੀਤ ਸਿੰਘ ਢੱਡਰੀਆਂ ਵਾਲੇ ਦੀ ਗੱਲ ਕਰ ਰਹੇ ਹੋ ਤੁਸੀਂ ਮੈਨੂੰ ਕਿਦਾਂ ਕਿਸੇ ਦੀ ਚੇਲੀ ਬਣਾ ਸਕਦੇ ਹੋ ਚੇਲੇ ਬਣਨ ਵਾਲੇ ਨਹੀਂ ਆ ਸੀ ਪਹਿਲੀ ਗੱਲ ਜਿਹਦੇ ਚੇਲੇ ਹੈਗੇ ਆ ਨਾ ਉਹਦੇ ਦੰਮ ਤੇ ਹੀ ਬੋਲ ਰਹੇ ਆ ਨਾ ਹਰਨੇਕ ਸਿੰਘ ਦੀ ਚੇਲੀ ਆ ਨਾ ਢੱਡਰੀਆਂ ਵਾਲੀ ਦੀ ਚੇਲੀ ਆ ਨਾ ਹੋਈ ਕਿਸੇ ਹੋਰ ਗਰੁੱਪ ਦੀ ਚੇਲੀ ਆ ਠੀਕ ਹੈ ਆਪਣੀ ਸੋਚ ਨੂੰ ਜੀ ਕੇ ਮਰਾਂਗੇ ਭਾਵੇਂ ਤੁਸੀਂ ਮਾਰਿਓ ਤੇ ਭਾਵੇਂ ਆਪਣੀ ਮੌਤ ਮਾਰਾਂ ਉੱਚ ਕੋਈ ਫਰਕ ਨਹੀਂ ਪੈਂਦਾ ਢੰਡਰੀ ਤਾਂ ਬਿੱਟੂ ਨੂੰ ਪਿਆਰ ਕਰਦਾ ਤੁਸੀਂ ਮਜ਼ਾਕ ਕਰਕੇ ਵੀਡੀਓ ਫਨੀ ਤੁਸੀਂ ਜਿਹੜੇ ਇੱਚ ਇਮਪ੍ਰੈਸ਼ਨ ਦਿੱਤੇ ਆ ਨਾ ਮਜ਼ਾਕ ਕਰ ਰਹੇ ਹੋ ਤੁਸੀਂ ਇੱਕ ਔਰਤ ਨਾਲ ਕੀ ਢੰਡਰੀ ਤਾਂ ਬਿੱਟੂ ਨੂੰ ਪਿਆਰ ਕਰਦਾ ਹੈ ਤਾਂ ਮੈਂ ਉਹਦੀ ਚੇਲੀ ਆ ਤੁਹਾਡੇ ਮੈਂ ਹੁਣ ਕੀ ਕਵਾਂ ਤੁਹਾਨੂੰ ਕਿ ਮੇਰੇ ਮਾਪੇ ਨੇ ਮੈਨੂੰ ਨਹੀਂ ਸਿਖਾਇਆ ਕਿ ਮੈਂ ਤੁਹਾਨੂੰ ਮੈਨੂੰ ਬਹੁਤ ਗਾਲਾਂ ਕੱਢਣੀਆਂ ਆਉਂਦੀਆਂ ਠੀਕ ਹੈ ਕਿਉਂਕਿ ਤੁਹਾਡੇ ਕੋਲ ਹੋਰ ਕਿੰਦਾ ਬੰਦਾ ਸਿੱਖ ਸਕਦਾ ਯਾ ਤਾਂ ਐਕਸਪਰਟ ਮਾਰਕਟ ਚ ਲਾਨਤਾਂ ਬਾਾਂ ਚ ਲਾਨਤਾਂ ਦੇ ਟੋਕਰੇ ਭਰ ਕੇ ਭੇਜਣ ਚ ਐਂਡ ਉਹਦੇ ਬਾਅਦ ਚ ਫਿਰ ਇਦਾਂ ਦੀਆਂ ਗੱਲਾਂ ਕਰਨ ਚ ਤੁਸੀਂ ਇੱਕ ਬੰਦਾ ਚਲੋ ਤੁਸੀਂ ਮੈਨੂੰ ਕਹਿੰਦੇ ਹੋ ਕਿ ਮੈਂ ਸਿੱਖੀ ਸਰੂਪ ਚ ਨਹੀਂ ਆ ਠੀਕ ਹੈ ਰਣਜੀਤ ਸਿੰਘ ਭਾਈ ਤਾਂ ਸੋ ਸਿੱਖੀ ਸਰੂਪ ਚ ਸੀ ਤੁਸੀਂ ਉਹਨੂੰ ਬਿੱਟੂ ਨੂੰ ਪਿਆਰ ਕਰਦਾ ਕਹਿਤਾ ਮਤਲਬ ਕਿ ਤੁਸੀਂ ਉਹਨੂੰ ਡਾਇਰੈਕਟਲੀ ਔਰ ਇੰਡਾਇਰੈਕਟਲੀ ਕੀ ਕਹਿ ਰਹੇ ਹੋ ਤੁਹਾਨੂੰ ਵੀ ਸਮਝ ਆਂਦੀ ਹੈ ਤਾਂ ਮੈਨੂੰ ਤੁਸੀਂ ਉਹਦੀ ਚੇਲੀ ਬਣਾਤਾ ਤੁਸੀਂ ਇੱਕ ਪਾਸੇ ਤਾਂ ਜਨਾਨੀਆਂ ਨੂੰ ਇੰਪੋਰਟੈਂਸ ਦਿੰਦੇ ਨਹੀਂ ਹੋ ਤੁਸੀਂ ਖੁਦ ਹੀ ਕਹਿੰਦੇ ਹੋ ਕਿ ਸਾਡੇ ਧਰਮ ਚ ਵਿਆਹ ਕਰਨਾ ਜ਼ਰੂਰੀ ਨਹੀਂ ਹੈ ਅਨੇਕ ਇੱਕ ਕਥਾ ਮੈਂ ਸੁਣੀ ਹੈ ਤੁਹਾਡੇ ਹੀ ਇੱਕ ਬੰਦੇ ਦੀ ਕਥਾ ਜੋ ਕਹਿੰਦਾ ਕਿ ਗੁਰੂ ਨਾਨਕ ਦੇਵ ਜੀ ਦਾ ਆਪਣੀ ਜਨਾਨੀ ਦੇ ਨਾਲ ਸਰੀਰਕ ਸੰਬੰਧ ਨਹੀਂ ਸੀ ਉਹਨਾਂ ਨੇ ਗ੍ਰਸਤੀ ਜੀਵਨ ਨਹੀਂ ਬਤੀਤ ਕੀਤਾ ਦੋ ਲੌਂਗ ਦਿੱਤੇ ਸੀ ਜਿਦੇ ਨਾਲ ਉਹ ਬੱਚੇ ਪੈਦਾ ਹੋਏ ਸੀ ਠੀਕ ਹੈ ਐ ਇਦਾਂ ਦੇ ਲੌਜੀਕਲ ਤੁਸੀਂ ਦਾਦੀਆਂ ਨਾਨੀਆਂ ਦੀਆਂ ਕਹਾਣੀਆਂ ਸੁਣ ਕੇ ਜੋ ਵੱਡੇ ਹੋਏ ਹਨ ਨਾ ਉਹ ਤੁਸੀਂ ਧਰਮ ਦੇ ਨਾਂ ਤੇ ਬੋਲਦੇ ਹੋ ਫਿਰ ਹੁਣ ਤੁਸੀਂ ਟਡਰਿਆਂ ਵਾਲਾ ਬਹੁਤ ਫੇਮਸ ਹੋ ਗਿਆ ਸੀਗਾ ਤਾਂ ਹੁਣ ਤੁਸੀਂ ਉਹਨੂੰ ਗੇ ਕਹਿਣਾ ਸ਼ੁਰੂ ਕਰਤਾ ਉਹਨੂੰ ਤੁਸੀਂ ਪਤ ਨਹੀਂ ਕੀ ਕੀ ਕਹਿਣਾ ਸ਼ੁਰੂ ਕਰਤਾ ਤਾਂ ਫਿਰ ਹੋਰ ਕੀ ਤੁਸੀਂ ਕਰੋ ਕਰਦੇ ਕੀ ਹੋ ਕਿਸੇ ਦੀ ਪਰਸਨਲ ਜ਼ਿੰਦਗੀ ਚ ਵੜ ਕੇ ਤੁਸੀਂ ਕੀ ਕਰਦੇ ਹੋ ਕਿੰਨਾ ਫ੍ਰੀ ਟਾਈਮ ਹੈ ਤੁਹਾਡੇ ਕੋਲ ਕੋਈ ਕੰਮ ਨਹੀਂ ਸਾਰਾ ਦਿਨ ਕਿਸੇ ਦੇ ਪਿੱਛੇ ਪੈ ਕੇ ਉਹਦੀ ਖੋਜ-ਬੀਨ 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 ਕਰਦੇ ਰਹਿਣਾ ਕਿ ਤੂੰ ਕੀ ਕਰਦਾ ਉਹ ਫਲਾਣਾ ਕੀ ਕਰਦਾ ਮੈਨੂੰ ਚਾਹੇ ਉਹ ਜਿੰਨੂੰ ਮਰਜ਼ੀ ਪਿਆਰ ਕਰਦਾ ਹੈ ਨਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਮੈਂ ਉਹਦੀ ਚੇਲੀ ਆ ਨਾ ਮੈਨੂੰ ਉਹਦੀ ਲੋੜ ਹੈ ਠੀਕ ਹੈ ਤੁਸੀਂ ਇੱਦਾਂ ਨਹੀਂ ਹਰ ਵਾਰੀ ਤਾਂ ਅੱਛਾ ਦੂਸਰਾ ਵਾਰੀ ਖੋਦ ਤੁਹਾਡਾ ਹੋਰ ਗੁਰਜੀਤ ਸਿੰਘ ਐਟ ਲੀਸਟ ਟੰਡਰੀ ਗਾਂਡੂ ਦਾ ਤਾਂ ਗਾਂਡੂ ਦਾ ਤਾਂ ਨਾਲ ਆਈ ਐਮ ਸਟ੍ਰੇਟ ਮੈਮ ਯੂ ਆਰ ਅ ਸਟ੍ਰੇਟ ਮੈਨ ਵਾਟ ਟੂ ਡੂ ਦੈਨ ਆਰ ਯੂ ਪ੍ਰੋਪੋਜ਼ਿੰਗ ਮੀ ਆ ਮੈਰਿਡ ਊਮਨ ਆਈ ਡੋਨਟ ਵਾਂਟ ਇਫ ਯੂ ਆਰ ਸਟ੍ਰੇਟ অর ਇਫ ਯੂ ਆਰ ਅ ਗੇ ਬਟ ਡਾਇਰੈਕਟਲੀ ਯੂ ਆਰ ਸੇਇੰਗ ਸਮਬਡੀ ਯੂ ਆਰ ਇਨਸਲਟਿੰਗ ਸਮਬਡੀ ਇਨ ਦ ਪਬਲਿਕ ਰਾਈਟ ਔਰ ਫਿਰ ਤੁਸੀ ਮਾਰ ਦਿਓ ਚਿੱਕਾ ਫਿਰ ਲੱਗਦੀਆਂ ਤੁਹਾਨੂੰ ਮਿਰਚਾਂ ਜੇ ਕੋਈ ਕੁਝ ਬੋਲੇ ਤਾਂ ਤਾਂ ਫਿਰ ਉਹ ਜੋ ਉਹ ਸ਼ਬਦਾਵਲੀ ਬੋਲਦੇ ਆ ਨਾ ਜੋ ਤੁਹਾਡੀ ਉਹ ਬਿਲਕੁਲ ਸਹੀ ਜਵਾਬ ਦਿੰਦੇ ਨੇ ਤੁਹਾਨੂੰ ਕਿਉਂਕਿ ਇਹ ਵਾਲੀ ਤੁਸੀਂ ਇੱਕ ਔਰਤ ਨਾਲ ਗੱਲ ਕਰ ਰਹੇ ਹੋ ਇਹ ਤਾਂ ਤੁਸੀਂ ਬਹੁਤ ਇਹ ਤਾਂ ਮੈਂ YouTube 'ਚ ਬਹੁਤ ਪ੍ਰੂਫ ਦੇ ਨਾਲ ਵੀਡੀਓ ਦੇਖੀਆਂ ਨੇ ਇਹ ਤੁਹਾਡੀਆਂ ਜੋ ਤੁਸੀਂ ਪ੍ਰੂਫ ਲੱਭਦੇ ਹੋ ਨਾ ਨਿਰਵਾਰ ਖਾਲਸਾ UK ਜੱਥੇ ਵਾਲਿਆਂ ਨਾਲ ਵੀ ਤੁਸੀਂ ਇਹੀ ਕੀਤਾ ਰਣਜੀਤ ਸਿੰਘ ਜੀ ਨਾਲ ਵੀ ਤੁਸੀਂ ਇਹੀ ਕੀਤਾ ਹਰਨੇਕ ਸਿੰਘ ਨਾਲ ਵੀ ਤੁਸੀਂ ਇਹੀ ਕੀਤਾ ਅਸੀਂ ਮੈਂ ਰੋਜ਼ ਇੱਕ ਘੰਟਾ ਪਿੰਦਰਪਾਲ ਦੀ ਕਥਾ ਸੁਣਦੀ ਆ ਸੁਖਮਣੀ ਸਾਹਿਬ ਦੀ ਕਥਾ ਜਿਹੜੇ ਜਾਗੋ ਵਾਲੇ ਕਰਦੇ ਨੇ ਜੋ ਵੀ ਮਨ ਕਰਦਾ ਨਾ ਸਾਡਾ ਟਾਈਮ ਪ੍ਰੀਸ਼ੀਅਸ ਹੈ ਅਸੀਂ ਆਪਣੀ ਜ਼ਿੰਦਗੀ ਦਾ ਟਾਈਮ ਦਿੰਨੇ ਆ ਸੁਣਨ ਲਈ ਬਕਵਾਸ ਸੁਣਨ ਲਈ ਨਹੀਂ ਤੁਸੀਂ ਤਾਂ ਅਲੱਗ-ਅਲੱਗ ਗੁੱਟ ਬਣਾ ਕੇ ਬੈਠ ਗਏ ਹੋ ਇੱਕ ਗੁੱਟ ਹੈ ਪਰ ਅਸੀਂ ਕਿੰਨੇ ਬੇਫਕੂਫ ਆ ਜੋ ਅਸੀਂ ਸੁਣਦੇ ਆ ਤੁਹਾਨੂੰ ਅਸੀਂ ਸੁਣਦੇ ਆ ਅਸੀਂ ਆਪਣਾ ਟਾਈਮ ਦਿੰਨੇ ਆ ਪਰ ਤੁਸੀਂ ਪਤਾ ਕੀ ਕਰਦੇ ਹੋ ਕਿਹੜਾ ਬੰਦਾ ਮੁਫਤ ਚ ਕਥਾ ਕਰ ਰਿਹਾ ਹੈ ਕਿਹੜਾ ਬੰਦਾ ਕੀਰਤਨ ਕਰ ਰਿਹਾ ਸਾਰੇ ਹੀ ਪੈਸੇ ਲੈ ਕੇ ਕੀਰਤਨ ਕਰਦੇ ਨੇ ਸਾਰਿਆਂ ਦੀ ਆਪਣੀ ਆਪਣੀ ਜਿਹੜੀ ਫੀਸ ਹੈ ਸਾਰੇ ਆਪਣੇ ਆਪਣੇ ਭੇਟਾ ਤੁਸੀਂ ਲੈਂਦੇ ਹੋ ਸਾਰੇ ਪੈਸੇ ਲਈ ਤੁਸੀਂ ਕਰ ਰਹੇ ਹੋ ਐਂਡ ਇੱਕ ਇੱਕ ਗਰੁੱਪ ਹੈ ਜਿਹਦੇ ਇਨਸਟਰਕਸ਼ਨਸ ਨਾਲ ਤੁਸੀਂ ਚੱਲਦੇ ਹੋ ਸੱਚ ਬੋਲੋ ਸੱਚ ਬੋਲੋ ਇਹ ਤੁਸੀਂ ਕੀ ਬੋਲ ਰਹੇ ਹੋ ਇੱਕ ਔਰਤ ਨੂੰ ਮੈਨੂੰ ਕੀ ਫਰਕ ਪੈਂਦਾ ਕਿਸੇ ਦੇ ਕੁਛ ਹੋਣ ਨਾਲ ਮੈਂ ਤਾਂ ਔਰਤਾਂ ਮੈਨੂੰ ਕੀ ਫਰਕ ਪੈਂਦਾ ਕੋਈ ਕੀ ਹੈ ਇੱਕ ਬੰਦੇ ਨੇ ਮੈਨੂੰ ਕਿਹਾ ਕਿ ਨੇਕੀ ਤੇ ਬਹੁਤ ਸਾਰੇ ਕੇਸ ਚੱਲ ਰਹੇ ਨੇ 2017 ਤੋਂ ਉਹਦੇ ਚ ਰੇਪ ਕੇਸ ਵੀ ਹੈ ਮੈਂ ਦੇਖਿਆ ਨੇਕੀ ਦਾ ਇਹੋ ਅਟੈਕ ਜਿਹੜਾ ਤੁਸੀਂ ਉਹਦੇ ਤੇ ਕੀਤਾ ਸੀਗਾ ਉਹਦੇ ਗੁਰਦੁਆਰੇ ਤੇ ਜਾ ਕੇ ਉਹਦੀ ਵੀਡੀਓ YouTube ਤੇ ਦੇਖੀ ਉਹਦੇ ਬਾਅਦ ਤੁਸੀਂ ਉਹਨੂੰ ਰੋਕਣ ਦੀ ਕੰਟੀਨਿਊ ਕੋਸ਼ਿਸ਼ ਕੀਤੀ ਬਹੁਤ ਸਾਰੇ ਕੇਸ ਫਾਈਲ ਕੀਤੇ ਕਿਉਂਕਿ ਤੁਹਾਨੂੰ ਉਹਦੀ ਸ਼ਬਦਾਵਲੀ ਪਸੰਦ ਨਹੀਂ ਸੀ ਜੋ ਬੋਲਦਾ ਤੁਹਾਨੂੰ ਪਸੰਦ ਨਹੀਂ ਸੀ ਇਹ ਇੱਕ ਲੀਗਲ ਪ੍ਰੋਸੈਸ ਹੈ ਮੈਨੂੰ ਕੋਈ ਆਬਜੈਕਸ਼ਨ ਨਹੀਂ ਉਸਤੇ ਲੀਗਲ ਪ੍ਰੋਸੈਸ ਹੋਣਾ ਚਾਹੀਦਾ ਹੈ ਜੋ ਪਸੰਦ ਨਹੀਂ ਹੈ ਜੋ ਧਰਮ ਦੇ ਖਿਲਾਫ ਹੈ ਇੱਥੇ ਨਾ ਮੈਂ ਧਰਮ ਦੇ ਖਿਲਾਫ ਬੋਲ ਰਹੀ ਆ ਨਾ ਮੈਂ ਸਿਸਟਮ ਦੇ ਖਿਲਾਫ ਬੋਲ ਰਹੀ ਆ ਮੈਂ ਤੁਹਾਨੂੰ ਬੋਲ ਰਹੀ ਆ ਜੋ ਤੁਸੀਂ ਕਰ ਰਹੇ ਹੋ ਉਹ ਬੱਚੇ ਜੋ ਨਿਊਜ਼ੀਲੈਂਡ ਗਏ ਹੋਣਗੇ ਉਹ ਲੋਗ ਆਪਣੀ ਜ਼ਿੰਦਗੀ ਬਣਾ ਲੀ ਤੁਸੀਂ ਉਹਨਾਂ ਨੂੰ ਕੀ ਬਣਾਤਾ ਅਰੇ ਤੁਹਾਡੇ ਸਾਹਮਣੇ ਤਾਂ ਗੁਰੂ ਉੱਤਰ ਕੇ ਵੀ ਆ ਗਿਆ ਨਾ ਗੁਰੂ ਉੱਤਰ ਕੇ ਤਾਂ ਤੁਸੀਂ ਉਹਨਾਂ ਨੂੰ ਵੀ ਨਹੀਂ ਸਮਝਣਾ ਉਹਨਾਂ ਨੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਉਹਨਾਂ ਨੂੰ ਵੀ ਗਾਲਾਂ ਕੱਢ ਕੇ ਮਾਰਕ ਪੇਜ ਵਾਪਸ ਕਰ ਦੇਣਾ ਦੁਨੀਆ ਚੋਂ ਤੁਸੀਂ ਉਦਾਂ ਦੇ ਬੰਦੇ ਹੋ ਹਾਂ ਤਾਂ ਇਹ ਚੀਜ਼ਾਂ ਮੈਨੂੰ ਤੁਸੀਂ ਦੱਸੋ ਕਿ ਜੋ ਤੁਸੀਂ ਬੋਲੇ ਕਿ ਕਿੰਨੇ ਡੀਸੈਂਸੀ ਹੈ ਕਿੰਨੀ ਡੀਸੈਂਸੀ ਹੈ ਨਾ ਇੱਕ ਅਸੀਂ ਫਕਰ ਮਹਿਸੂਸ ਕਰਦੇ ਹਾਂ ਸਰਦਾਰਾਂ ਹੱਲੇ ਵੀ ਫਕਰ ਹੈ ਸਾਨੂੰ ਹੱਲੇ ਵੀ ਫਕਰ ਹੈ ਕਿ ਅਸੀਂ ਸਰਦਾਰਾਂ ਦੇ ਘਰ ਪੈਦਾ ਹੋਏ ਆਂ ਹੱਲੇ ਵੀ ਫਕਰ ਹੈ ਠੀਕ ਹੈ ਔਰ ਦੂਜੀ ਇੱਕ ਤੁਸੀਂ ਹੋਰ ਮੇਰੇ ਕੋਲ ਜਵਾਬ ਪੁੱਛਿਆ ਕਿ ਤੁਸੀਂ ਤਾਂ ਫਿਰ ਕੀ ਕਹਿੰਦੇ ਨੇ ਭਗਤ ਸਿੰਘ ਨੂੰ ਉਦਮ ਸਿੰਘ ਨੂੰ ਐਂਡ ਫਰੀडम ਫਾਈਟਰਸ ਨੂੰ ਵੀ ਟੈਰਰਿਸਟ ਸਮਝਦੇ ਹੋ ਉਹਨਾਂ ਨੇ ਫਾਈਟ ਕੀਤੀ ਆਪਣੀ ਜ਼ਿੰਦਗੀ ਦਿੱਤੀ ਹੈ ਉਹਨਾਂ ਨੇ ਬਹੁਤ ਇੰਪੋਰਟੈਂਟ ਹੁੰਦੀ ਹੈ ਜ਼ਿੰਦਗੀ ਮਿਲਦੀ ਨਹੀਂ ਹੈ ਦੁਬਾਰਾ ਉਹ ਜ਼ਿੰਦਗੀ ਦਿੱਤੀ ਏ ਫ੍ਰੀਡਮ ਲਈ ਕਿਉਂਕਿ ਸਾਡੇ ਤੇ ਕੋਈ ਹੋਰ ਰੂਲ ਕਰ ਰਿਹਾ ਸੀ ਔਰ ਹੁਣ ਤੁਸੀਂ ਗੁਲਾਮ ਨਹੀਂ ਹੋ ਕਿਸੇ ਦੇ ਠੀਕ ਹੈ ਕਿਸੇ ਦੀ ਜਾਨ ਲੈਣ ਔਰ ਦੇਣ ਚ ਬਹੁਤ ਫਰਕ ਹੁੰਦਾ ਉਹਨਾਂ ਨੂੰ ਮੈਂ ਟੈਰਰਿਸਟ ਕਿਉਂ ਕਹਾਗੀ ਭਗਤ ਸਿੰਘ ਦੀ ਫੈਨ ਆ ਮੈਂ ਔਰ ਮੈਂ ਨਾਰਮਲ ਔਰਤਾਂ ਵਰਗੀ ਰੋਟੀ ਚੁੱਲ੍ਹਾ ਚੌਂਕੇ ਵਾਲੀ ਔਰਤ ਨਹੀਂ ਆ ਸਿੱਧੀ ਖੜੀ ਹੋ ਕੇ ਮੂੰਹ ਤੇ ਲੱਤ ਮਾਰਨ ਵਾਲੀ ਔਰਤ ਆ ਮੈਂ ਠੀਕ ਹੈ ਹੱਸਦੀ ਆ ਗਾਉਂਦੀ ਆ ਸਭ ਕੁਝ ਕਰਦੀ ਆ ਮੈਂ ਦੁਨੀਆ ਦੀ ਸੇਵਾ ਵੀ ਕਰਦੀ ਆ ਔਰ ਮੈਂ ਮੈਨੂੰ ਗੁਰਦੁਆਰੇ ਚ ਮੇਰੇ ਤੇ ਲੋਕਾਂ ਨੇ ਕੰਟਰੋਵਰਸੀ THING ਚੀਜ਼ਾਂ ਕੀਤੀਆਂ ਸੀਗੀਆਂ ਇੱਕ ਗਰੁੱਪ ਆਫ ਪੀਪਲ ਨੇ ਤਾਂ ਕਿ ਮੈਂ ਆਪਣੀ ਚੇਅਰਮੈਨ ਦੀ ਕੁਰਸੀ ਛੱਡਦਾ ਉਹਨਾਂ ਨੂੰ ਤਕਲੀਫ ਸੀਗੀ ਮੇਰੀ ਕੁਰਸੀ ਤੋਂ ਮੇਰ ਤੋਂ ਨਹੀਂ ਸੀਗੀ ਕਿਉਂਕਿ ਪਿਛਲੇ 19 ਸਾਲ ਵੀ ਹੁੰਦੀ ਜੇ ਤਕਲੀਫ ਹੁੰਦੀ ਤੇ ਠੀਕ ਹੈ ਮੇਰੇ ਵਰਗੇ ਗੁਰੂ ਨੂੰ ਕਰੋੜਾਂ ਮੇਰੇ ਗੁਰੂ ਵਰਗਾ ਕੋਈ ਵੀ ਨਹੀਂ ਔਰ ਉਹ ਗੁਰਦੁਆਰਾ ਛੱਡਣ ਤੋਂ ਬਾਅਦ ਜਿਹੜੀ ਹਿੰਮਤ ਆਈ ਹੈ ਨਾ ਮੇਰੇ ਚ ਅੰਗ ਸੰਗ ਮੇਰੇ ਖੂਨ ਦੀ ਇੱਕ ਇੱਕ ਬੂੰਦ ਵਿੱਚ ਗੁਰੂ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਉਹ ਮੈਨੂੰ ਪਹਿਰਾਵਾ ਪਾ ਕੇ ਨਾ ਪਹਿਰਾਵਾ ਪਾ ਕੇ ਅੰਮ੍ਰਿਤ ਛਕ ਕੇ ਉਹਦੀ ਵੀ ਜ਼ਰੂਰਤ ਨਹੀਂ ਪਈ ਹਾਲੇ ਤੱਕ ਜਿੱਦਾਂ ਉਹ ਛਕ ਲਿਆ ਨਾ ਤੁਸੀਂ ਕੱਖ ਵੀ ਨਹੀਂ ਰਹਿਣਾ ਮੇਰੇ ਸਾਹਮਣੇ ਹਰੇਕ ਤੱਕ ਗੁਰੂ ਦਾ ਨਾਮ ਹੀ ਹੈ ਮੇਰੇ ਕੋਲ ਬਾਣਿਆ ਨਹੀਂ ਹੈ ਉਹ ਇੱਕ ਆਈਡੈਂਟੀਟੀ ਹੈ ਨਾ ਤੁਹਾਡੀ ਕਿ ਇਹ ਪਾਓ ਤਾਂ ਹੀ ਤੁਸੀਂ ਸਿੰਘ ਹੋ ਤਾਂ ਚਲੋ ਸਾਨੂੰ ਸਿੰਘਾਂ ਚ ਵੀ ਕਾਊਂਟ ਨਾ ਕਰੋ ਕੋਈ ਫਰਕ ਨਹੀਂ ਪੈਂਦਾ ਪਰ ਤੁਸੀਂ ਕੀ ਬੋਲਦੇ ਹੋ ਗੰਦੀ ਨਾਲੀ ਦੇ ਕੀੜੇ ਕਿਉਂ ਤਾਨੂੰ ਲਾਇਸੈਂਸ ਮਿਲਿਆ ਆ ਮੈਂ ਤਾਂ ਹੈਰਾਨ ਆ ਜਿਹੜੇ ਲਲਕਾਰੇ ਮਾਰਦੇ ਹੋ ਕੋਈ ਲੋਅਰਡ ਆਰਡਰ ਹੀ ਨਹੀਂ ਹੈ ਕੋਈ ਕਿਸੇ ਨੂੰ ਵੀ ਲਲਕਾਰੇ ਮਾਰ ਰਿਹਾ ਹੈ ਕੋਈ ਕਿਤੇ ਬੈਠ ਕੇ ਲਲਕਾਰੇ ਮਾਰ ਰਿਹਾ ਕੋਈ ਕਿਤੇ ਬੈਠ ਕੇ ਅਰੇ ਤੁਸੀਂ ਇੱਕ ਚੀਜ਼ ਬੰਦ ਕਰ ਦੋ ਕਿ ਧਰਮ ਦੇ ਬਾਰੇ ਕੋਈ ਕਥਾ ਨਹੀਂ ਕਰੇਗਾ ਕੋਈ ਵਿਚਾਰ ਨਹੀਂ ਕਰੇਗਾ ਕੋਈ ਕੁਝ ਨਹੀਂ ਕਰੇਗਾ ਅਸੀਂ ਸੁਣਾਂਗੇ ਨਹੀਂ ਸਾਨੂੰ ਮੈਨਿਪੂਲੇਟ ਕਰ ਰਹੇ ਹੋ ਤੁਸੀਂ ਸਾਡੇ ਦਿਮਾਗ ਦਾ ਮੈਨਿਪੂਲੇਸ਼ਨ ਹੋ ਰਿਹਾ ਇਹਦੇ ਚ ਬੰਦ ਕਰ ਦੋ ਕਿਉਂਕਿ ਕੋਈ ਤੁਹਾਡੇ ਖਿਲਾਫ ਬੋਲੇਗਾ ਤੁਸੀਂ ਉਹਨਾਂ ਦੇ ਖਿਲਾਫ ਬੋਲੋਗੇ ਸ਼ਰੀਫ ਜਨਤਾ ਹੈ ਨਾ ਜਿਹੜੀ ਆਪਣਾ ਟਾਈਮ ਕੱਢ ਕੇ ਸਕੂਨ ਦਾ ਸਕੂਨ ਵਾਸਤੇ ਸੁਣਦੀ ਹੈ ਗੁਰਬਾਣੀ ਅਸੀਂ ਕਦੇ ਕੰਪਲੇਨ ਨਹੀਂ ਕੀਤੀ ਤੁਸੀਂ ਮੇਰੇ ਕਿਸੇ ਵੀਡੀਓਜ਼ ਦੇਖਿਆ ਕਿ ਮੈਂ ਕਿਸੇ ਨੂੰ ਕੰਪਲੇਨ ਕੀਤੀ ਮੈਂ ਸਾਰਿਆਂ ਨੂੰ ਸੁਣਦੀ ਆ ਸਾਰਿਆਂ ਨੂੰ ਸੋ ਸੋ ਪਾਰਟ ਨਹੀਂ ਤੁਹਾਡੇ ਇੱਕ ਚੀਜ਼ ਦੇ ਸੋ ਸੋ ਪਾਰਟ ਸੁਣਦੀ ਆ ਸਾਰਿਆਂ ਨੂੰ ਸੁਣਦੀ ਆ ਕਿਉਂਕਿ ਉਹ ਮੇਰੀ ਮਰਜ਼ੀ ਹੈ ਥੋੜੀ ਮੈਨੂੰ ਕੋਈ ਕਹਿ ਰਿਹਾ ਸੁਣੋ ਜਾਂ ਮੈਂ ਤੁਹਾਨੂੰ ਕਹਿ ਰਹੀ ਆ ਕਿ ਮੈਨੂੰ ਸੁਣੋ ਨੋ you do whatever you like it's a freedom to live and speak par main tode te tarambare kuch nahi bol rahi jo tusi hun bolya na mainu ganda inna ganda bolya recording hai oh main isse layi disable comment nahi kite sige main dekhna chahndi si ki jinna nu main bhara kanni na fakr naal jida mere ch josh hai na tode ch vi ohi josh hai tode vichon hi ha main theek hai ਨਾ ਮੈਂ ਕਿਸੇ ਨੂੰ ਰੋਕ ਸਕਦੀ ਆ ਤੇ ਨਾ ਮੈਂ ਕਿਸੇ ਨੂੰ ਪ੍ਰੋਵੋਕ ਕਰ ਰਹੀ ਆ ਇੱਕ ਸਿੰਪਲ ਗੱਲ ਕਹਿ ਰਹੀ ਆ ਤੁਹਾਨੂੰ ਸਮਝ ਆਂਦੀ ਆ ਤਾਂ ਸਮਝੋ ਪਰ ਇਹ ਜੋ ਗੱਲਾਂ ਤੁਸੀਂ ਕਰ ਰਹੇ ਹੋ ਨਾ ਇਹ ਬਹੁਤ ਛੋਟੀਆਂ ਗੱਲਾਂ ਨੇ ਦੁਨੀਆ ਬਹੁਤ ਬਦਲ ਚੁੱਕੀ ਏ ਬੱਚੇ ਵੈਸਟਰਨ ਕੰਟਰੀਆਂ ਚ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਸਾਡੇ ਤਾਂ ਬੱਚੇ ਹੀ ਵੱਡੇ ਉੱਥੇ ਹੋਏ ਨੇ ਤਾਂ ਉਹਨਾਂ ਨੂੰ ਲੌਜੀਕ ਚਾਹੀਦਾ ਹੈ ਲੌਜੀਕ ਦਾਦੀਆਂ ਨਾਨੀਆਂ ਦੀਆਂ ਕਹਾਣੀਆਂ ਨਹੀਂ ਚਾਹੀਦੀਆਂ ਔਰ ਆਹ ਮਾਰਕਟ ਗੁਰੂ ਦੇ ਨਾਂ ਤੇ ਤੁਸੀਂ ਗੁਰੂ ਨੂੰ ਭੰਡ ਰਹੇ ਹੋ ਜਿਹੜਾ ਗੁਰੂ ਨੂੰ ਮੰਗੜਾ ਕਹਿ ਰਿਹਾ ਉਹ ਵੀ ਭੰਡ ਰਿਹਾ ਹੈ ਜਿਹੜਾ ਮਾਰਕਟ ਕਰ ਰਿਹਾ ਗੁਰੂ ਦੇ ਨਾਂ ਤੇ ਉਹ ਵੀ ਤਾਂ ਗਲਤ ਹੈ ਸਭ ਕੁਝ ਹੀ ਗਲਤ ਕਰ ਰਹੇ ਹੋ ਕਨਫਿਊਜ਼ ਕਰ ਰਹੇ ਹੋ ਨਾਰਮਲ ਜਨਤਾ ਨੂੰ ਓਕੇ ਟੇਕ ਕੇਅਰ ਆਫ ਯੂਰself ਐਂਡ ਥੈਂਕ ਯੂ ਸੋ ਵੈਰੀ ਮੱਚ ਫॉर ਵਾਚਿੰਗ ਮੀ